plan, you can say you want. ਮੇਰੀ ਘਰਵਾਲੀ ਮੈਨੂੰ ਏ ਜੀ ਓ ਜੀ ਨਹੀਂ ਕਹਿੰਦੀ ਹੈਗੀ, ਤੁਸੀਂ ਮੈਨੂੰ ਓ ਜੀ ਕਹਿ ਰਹੇ ਹੋ। ਤੇ ਹੁਣ ਸਾਡੇ ਨਾਲ ਨੇ ਜੀ ਆਕਾਸ਼ ਚੋਪੜਾ ਜੀ, ਬਲੌਗ ਟੀਚਰ। ਹਾਂਜੀ, ਨਵੇਂ ਵਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਾਡੇ ਬੰਬੇ ਦੇ ਵਿੱਚ ਪਹਿਲਾ ਦਿਨ, ਔਰ ਅੱਜ ਅਸੀਂ ਮਿਲਣ ਜਾ ਰਹੇ ਹਾਂ ਕ੍ਰਿਸ ਗੇਲ ਨੂੰ। ਚੈੱਕ ਇਨ ਕਰ ਲਿਆ, ਨਹਾ ਲਿਆ ਹੈ, ਖਾਣਾ ਖਾਏਂਗੇ ਔਰ ਉਸਕੇ ਬਾਅਦ ਚਲੇਂਗੇ ਵਹੀ ਮਿਲਨੇ ਉਨਸੇ। ਪਿਛਲੀ ਰੂਮ ਟੂਰ ਦੇ ਦਿੱਤਾ ਹੂੰ। ਓਏ ਯੇ ਸ਼ੇਵਿੰਗ ਕਾ ਨਿਸ਼ਾਨ ਹੈ, ਪਹਿਲੇ ਬੋਲ ਰਹਾ ਹੂੰ। ਇਸ ਵਿਊ ਸੇ ਸ਼ੁਰੂਆਤ ਕੀਜੀਏ। ਓਏ ਹੋਏ ਹੋਏ ਹੋਏ, ਆਫ ਕੋਰਸ ਯਹਾਂ ਪਰ ਮੈਨੇ ਟ੍ਰਾਈਪੋਡ ਰੱਖਾ ਹੁਆ ਥਾ। ਯੇ ਜੀ ਖਲਾਰਾ ਪੜ ਗਿਆ ਹੈ, ਆਤੇ ਹੀ ਇੱਕ ਸੋਹਣਾ ਮੁੰਡਾ ਦਿਖਾਉਣਾ ਤੁਹਾਨੂੰ। ਇਹ ਰਿਹਾ ਜੀ, ਇਹ ਜੀ ਗੁਸਲਖਾਨਾ ਹੈ ਜੀ, ਬਹੁਤ ਸੋਹਣਾ ਹੈ। ਇਹਦੀ ਲੋੜ ਸਾਨੂੰ ਪਏਗੀ ਆਫਟਰ ਵੀ ਈਟ ਦਿਸ। ਠੀਕ ਹੈ ਜੀ, ਰੋਟੀ ਆ ਗਈ ਹੈ। ਐਂਡ ਆਈ ਨੋ ਹਮ ਬਾਹਰ ਜਾਤੇ ਬਹੁਤ ਸਾਰੇ ਲੋਕ, ਮੈਨੇ ਸੁਣਿਆ ਫੈਂਸੀ ਫੈਂਸੀ ਚੀਜ਼ਾਂ ਮੰਗਾਉਣਾ ਚਾਹਤੇ, ਬਟ ਮੈਨੇ ਮੰਗਾਈ ਹੈ ਪੀਲੀ ਦਾਲ, ਚੌਲ ਅਤੇ ਲੱਛਾ ਪਰਾਂਠਾ, ਪਾਪੜ ਨੇ, ਪਿਆਜ਼ ਨੇ, ਨਿੰਬੂ ਹੈ, ਅਚਾਰ ਹੈ। ਮੂੰਹ 'ਚ ਪਾਣੀ ਆ ਗਿਆ। ਸੋ ਮੈਂ ਹੋਟਲ ਤੋਂ ਕੱਪੜੇ ਪਾ ਕੇ ਪਹੁੰਚਿਆ ਲੋਕੇਸ਼ਨ 'ਤੇ, ਵਿਚ ਵਾਸ ਜੀਓ ਸਿਨੇਮਾ ਦਾ ਆਫਿਸ। ਚਲੀਏ ਕਰਤੇ ਹੈ ਲੋਕੇਸ਼ਨ ਕੀ ਹੈ ਕੀ। ਸੋ ਆਈ ਐਮ ਥਿੰਕਿੰਗ ਟੂ ਡੂ ਇਟ ਹੇਅਰ ਬਿਕੋਜ਼ ਇਹ ਕਾਫੀ ਸਟਲ ਲਾਈਟ ਹੈ ਕੰਪੇਅਰ ਟੂ ਦਿਸ। ਐਂਡ ਨਾਓ ਇਟਸ ਲੀਪਾ ਪੋਤੀ ਟਾਈਮ। ਲੁੱਕ ਹੂ ਵੀ ਹੈਵ ਹੇਅਰ, ਕੀ ਹਾਲ ਚਾਲ ਹੈ ਤੁਹਾਡੇ? ਬਹੁਤ ਵਧੀਆ। 2000 ਦੀ ਗੱਲ ਹੈ, ਮੈਂ ਜਦੋਂ ਇਹਨਾਂ ਦਾ ਵਲੌਗ ਦੇਖਿਆ ਸੀ ਚੰਗਰੂ ਦਾ, ਕੀ ਹਾਲ ਹੈ ਦੇਖੋ। ਵਧੀਆ ਜੀ, ਵਧੀਆ। ਕਹੀਂ ਵੀ ਜਾਤੇ ਹੋ ਛਾ ਜਾਤੇ ਹੈ, ਛਾ ਜਾਤੇ ਹੈ ਕਿ ਲੇਕਿਨ ਆਪ ਜੈਸੀ ਆ ਰਹੇ ਫਰੇਮ ਮੇਂ ਤੋ ਇਹ ਇੱਕ ਤੋ ਚੀਜ਼ੇ ਗਿਰ ਰਹੀ ਹੈ ਔਰ ਦੂਸਰਾ ਫਰੇਮ ਯੂੰ ਹੋ ਰਹਾ ਹੈ। ਅਸੀਂ ਜਹਾਂ ਵੀ ਜਾਤੇ ਹੈ, ਕੀ ਹੋ ਰਹਾ ਹੈ ਇਹ? ਫਿਰ ਮੈਂ ਜੀਓ ਸਿਨੇਮਾ ਦੀ ਪੰਜਾਬੀ ਟੀਮ ਦੇ ਨਾਲ ਕੀਤੀਆਂ ਡਿਸਕਸ਼ਨਾਂ। ਐਂਡ ਦੈਨ ਕੇਮ ਕ੍ਰਿਸ ਗੇਲ। ਯਾਰ ਬੰਦਾ ਇੰਨਾ ਕੂਲ, ਬੜੀ ਪੇਸ਼ੈਂਟਲੀ ਉਹਨਾਂ ਨੇ ਸੁਣਿਆ ਕਿ ਕਨਸੈਪਟ ਕੀ ਹੈ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਚਾਹੁੰਦਾ ਕਿ ਉਹ ਰੀਲ ਦੇ ਵਿੱਚ ਗਾਣਾ ਗਾਣ ਇਮੀਡੀਏਟਲੀ ਹੈ ਕੋਈ ਮੇਰੀ ਮਜਬੂਰੀ। ਦੈਟ ਯੂ ਹੈਵ ਟੂ ਲਰਨ ਬਿਕਾਜ਼ ਦੈਟ ਇਜ਼ ਜਸਟ ਹੈਡ ਆਈ ਕਾਂਟ ਸੇ ਫਰਸਟ ਦੈਟ ਯੂ ਹੈਵ ਟੂ ਟੀਸਰ। ਹਾਂ, ਮੈਨੂੰ ਗਾਣਾ ਸੁਣਾਓ। ਫਿਰ ਆਇਆ ਸ਼ੂਟ ਦਾ ਟਾਈਮ ਐਂਡ ਉਹਨਾਂ ਨੂੰ ਪੱਗ ਬੰਨੀ, ਜਿਹੜੀ ਮੈਂ ਰੀਲ ਸ਼ੂਟ ਕੀਤੀ ਉਹਦੇ ਵਿੱਚ ਤਾਂ ਉਹਨਾਂ ਨੇ ਪੱਗ ਨਹੀਂ ਪਾਈ ਸੀ, ਲੇਕਿਨ ਜਿਹੜਾ ਜੀਓ ਸਿਨੇਮਾ ਦੇ ਲਈ ਸ਼ੂਟ ਸੀਗਾ ਉਹਨਾਂ ਨਾਲ ਕੀਤਾ ਮੈਂ, ਉਹਦੇ 'ਚ ਉਹਨਾਂ ਨੇ ਪੱਗ ਪਾਈ ਹੈ। ਔਰ ਕਿਆ ਫਬਰ ਏ ਸੀ ਬਈ, ਚੈੱਕ ਕਰੋ ਜੀ BTS। ਵਾਓ ਕ੍ਰਿਸ, ਇੰਪ੍ਰੈਸਿਵ, ਵੇਅਰ ਡਿਡ ਯੂ ਲਰਨ ਇਟ ਫਰੋਮ? ਤੂੰ ਪੁੱਛ ਕਿਆ ਬਲੈਣਾ ਹੈ? ਯੂ نو ਵਾਟ, ਤੂੰ ਪੁੱਛ ਕੇ ਅੰਬ ਲੈਣੇ ਆ ਮੀਨਸ ਵਾਈ ਡੂ ਯੂ ਆਸਕ ਮੀ ਵਾਂਟ ਟੂ ਬਾਈ ਮੈਂਗੋਸ? That's what it means. You basically come on, Sagar, please identify yourself. Step up. Kithe ho tusi? Yeah, but I'm... How many times, Chipan, you can say, you want? Can you enter like this in the frame? Yeah, like this. ਦਿਨ ਹੋ ਗਿਆ ਜੀ ਖਤਮ, ਤੇ ਅਸੀਂ ਕਰਕੇ ਆਏ ਅੱਜ ਬਹੁਤ ਕੁਝ। ਅਸੀਂ ਕੀਤਾ ਕ੍ਰਿਸ ਗੇਲ ਸਾਹਿਬ ਨਾਲ ਆਫਕੋਰਸ ਵੀਡੀਓ ਸ਼ੂਟ, ਤੁਸੀਂ ਦੇਖ ਚੁੱਕੇ ਹੋ। ਜਿਹੜੇ ਸੁਨੀਲ ਤਨੇਜਾ ਜੀ ਨੇ ਜੋ ਪੰਜਾਬੀ ਕਮੈਂਟਰੀ ਕਰਦੇ ਨੇ, ਆਈ ਲਵ ਹਾਓ ਜਦੋਂ ਤੁਸੀਂ ਪੰਜਾਬੀ 'ਚ ਬੋਲਦੇ ਤਾਂ ਕਾਮੈਂਟਰੀ ਆਪਣੇ ਆਪ ਨਾਲ ਕਮੈਂਟਰੀ ਬਣ ਜਾਂਦਾ ਹੈ, ਅਤੇ ਪੰਜਾਬੀ ਕਮੈਂਟਰੀ ਕਰਦੇ ਨੇ ਉਹ। ਸੋ ਦੈਟ ਉਹਨਾਂ ਨਾਲ ਵੀ ਇੱਕ ਵੀਡੀਓ ਕੀਤੀ। ਧੋਨੀ ਅਤੇ ਕੋਹਲੀ ਖੇਡ
ਬਾਕੀ ਹੁਣ ਆਪਾਂ ਖਾਣ ਲੱਗੇ ਹਾਂ ਜੀ ਦਾਲ ਖਿਚੜੀ। ਮੇਰਾ ਮੂੰਹ ਪੱਕੀ ਜਾ ਰਿਹਾ ਯਾਰ ਬਾਰ ਬਾਰ, ਪੱਕ ਗਿਆ ਤੇ ਲਾ ਲਈਏ ਪੇਟ ਤੋਂ। ਬਟ ਆਈ ਵਾਂਟਡ ਹੈਵ ਸਮਥਿੰਗ ਲਾਈਟ, ਸੋ ਲਾਈਟ ਵੀ ਜਗਾ ਲਈ ਇਸ ਕਰਕੇ। ਰੀਲ ਨੀਡ ਟੂ ਸਲੀਪ। The next day. Welcome to the IPL day. ਔਰ ਹੁਣ ਆਪਾਂ ਖਾਣ ਲੱਗੇ ਹਾਂ ਜੀ ਲੰਚ, ਫਿਰ ਆਪਾਂ ਨਿਕਲਾਂਗੇ Jio Cinema ਦੇ ਸਟੂਡੀਓਜ਼ ਦੇ ਲਈ। ਮੈਂ ਪਾਣਾ ਪੈਂਟ ਕੋਟ, ਉਹਦੀ ਸ਼ਰਟ ਵੀ ਪ੍ਰੈਸ ਕਰਨੀ ਹੈ। ਮੇਕਅਪ ਜੀ ਹੋ ਗਿਆ ਹੈ ਤੇ ਸਾਡੇ ਨਾਲ ਨੇ ਦ ਓ ਜੀ ਕੋਮੈਂਟੇਟਰ, ਦੀ ਓ ਜੀ ਪੰਜਾਬੀ ਕੋਮੈਂਟੇਟਰ, ਜਿਹਨਾਂ ਦੀ ਪਿਛਲੀ ਵਾਰੀ ਜਿਹੜੀ ਆਵਾਜ਼ ਇੰਨੀ ਵਾਇਰਲ ਗਈ ਸੀਗੀ। ਮੇਰੀ ਘਰਵਾਲੀ ਮੈਨੂੰ ਏ ਜੀ ਓ ਜੀ ਨਹੀਂ ਕਹਿੰਦੀ ਹੈਗੀ, ਤੁਸੀਂ ਮੈਨੂੰ ਓ ਜੀ ਕਹਿੰਦੇ ਹੋ। ਸਾਡੇ ਲਈ ਤਾਂ ਤੁਸੀਂ ਜੀ ਹੈਗੇ ਹੀ ਹੋ, ਜੀ ਇਜ਼ ਗੋਟ। ਐਂਡ ਤੁਸੀਂ ਮੈਨੂੰ ਇਹ ਦੱਸੋ, ਮਤਲਬ ਤੁਸੀਂ ਬਲੀ ਦਾ ਬੱਕਰਾ ਵੀ ਬਣਾ ਲਿਆ ਮੈਨੂੰ, ਗੋਟ ਗ੍ਰੇਟੈਸਟ ਆਫ ਆਲ ਟਾਈਮ, ਗ੍ਰੇਟੈਸਟ ਆਫ ਆਲ ਟਾਈਮ। ਤੁਸੀਂ ਮੈਨੂੰ ਇਹ ਦੱਸੋ, ਆਈ ਐਮ ਅ ਬਿਟ ਸਕੈਰਡ ਬਿਕਾਜ਼ ਇਟਸ ਵਿਦ ਯੂ, ਸੋ ਪਲੀਜ਼ ਗਿਵ ਮੀ ਸਮ ਟਿਪਸ। ਉਹ ਭਾਜੀ ਟਿਪਸ ਦੀਆਂ ਤਾਂ ਕੈਸਟਾਂ ਬਚਪਨ ਅਸੀਂ ਸੁਣਦੇ ਹੁੰਦੇ ਸੀ। ਦੈਟਸ ਵਾਟ ਆਈ ਲਵ। ਤੁਸੀਂ ਇੱਕ ਕੋਈ ਸਵਾਲ ਪੁੱਛੋ, ਤੁਹਾਨੂੰ ਸਿੱਧਾ ਜਵਾਬ ਨਹੀਂ ਮਿਲੇਗਾ। ਦੈਟਸ ਦ ਫਨ ਆਫ ਸੁਨੀਲ ਤੇਜਾ। ਦੇਖੋ ਪੰਜਾਬੀ ਬੰਦੇ ਅਸੀਂ ਮਿਠਾਈਆਂ ਦੇ ਸ਼ੌਕੀਨ ਹੁੰਦੇ ਹਾਂ, ਅਸੀਂ ਜਲੇਬੀ ਵਾਂਗੂ ਸਿੱਧੇ ਹੁੰਦੇ ਹਾਂ। ਬਾਕੀ ਟਿਪਸ ਦੀ ਤਾਂ ਗੱਲ ਭਾਜੀ ਇਹ ਹੈ ਕਿ ਤੁਸੀਂ ਜੋ ਆਪਣੀ ਰੀਲਾਂ ਵਿੱਚ ਧਮਾਲ ਮਚਾਉਂਦੇ ਹੁੰਦੇ ਹੋ, ਜੋ ਤੁਸੀਂ ਫਨ। ਬਟ ਕੈਨ ਵੀ ਡੂ ਬੋਲੀਆਂ ਐਂਡ ਆਲ। ਬੋਲੀਆਂ ਜਿੰਨੀਆਂ ਮਰਜ਼ੀ ਪਾਓ, ਬੋਲੀਆਂ ਵੀ ਪਾ ਸਕਦੇ ਹਾਂ। ਬੋਲੀ ਪਾਓ, ਖੱਪ ਪਾਓ, ਪੰਜਾਬੀ ਤਾਂ ਪਾਉਂਦੇ ਹੀ ਨੇ। ਫੇਰ ਕੋਈ ਗਲਾਸ ਵਿੱਚ ਬਰਫ਼ ਪਾਓ, ਉੱਤੇ ਲੱਸੀ ਪਾਓ, ਬੋਲੀ ਪਾਓ, ਖੱਪ ਪਾਓ, ਭੰਗੜਾ ਪਾਓ। ਵਾਹ ਜੀ ਵਾਹ, ਠੀਕ ਹੈ ਜੀ, ਕੋਈ ਚੱਕਰ ਨਹੀਂ। ਫਿਰ ਆਪਾਂ ਬੋਲੀਆਂ ਵੀ ਪਾਵਾਂਗੇ ਤੇ ਥੋੜਾ ਥੋੜਾ ਸਿੱਖ ਕੇ ਵੀ ਜਾਵਾਂਗੇ ਭਾਜੀ ਕੋਲੋਂ ਕੁਛ ਕੁਛ। ਚਲੀਏ ਜੀ, ਆਓ ਰਾਜੂ, ਲੈਟਸ ਗੋ, ਚੱਕੀਏ ਗਲਾਸ ਲੱਸੀ ਵਾਲਾ ਮੱਖਣ ਪਾ ਕੇ। ਬਈ ਚਿੱਟਾ ਕੁੱਕੜ ਬਨੇਰੇ ਤੇ ਟੋਲੀ ਮੁੰਡੇ ਆਰਸੀਬੀ ਵਾਲੇ ਆ, ਇੰਡੀਆ ਆਸ਼ਿਕ ਤੇਰੇ ਤੇ। ਨਾਲੇ ਬਾਰੀ ਬਾਰ ਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਖੱਪ। IPL ਤਾਂ ਸਜਦਾ ਜੇ ਪੰਜਾਬ ਜਿੱਤੂ ਕੱਪ, IPL ਤਾਂ ਸਜਦਾ। ਓ ਬੱਲੇ ਬੱਲੇ ਬੱਲੇ, ਆਏ ਨਾ ਸਮਝੋ, ਪੀਲਿਆਂ ਦੇ ਵਿੱਚ ਲਾਲ ਰੰਗ ਵੀ ਖੜਿਆ ਹੋਇਆ ਕਿਤੇ ਨਾ ਕਿਤੇ। ਇਹ ਜੀ ਖਤਰੇ ਦਾ ਲਾਲ ਰੰਗ ਹੈ ਜੀ, ਇਹ ਇੱਕ ਤਰ੍ਹਾਂ ਦੂਜੇ ਨੂੰ ਦੱਸ ਰਹੇ ਵੀ ਥੋੜਾ ਟਿਕ। ਡਨ ਵਿਦ ਦੀ ਕਮੈਂਟਰੀ ਐਂਡ ਬਾਜੀ, ਤੁਸੀਂ ਤੇ ਕਿਆ ਫੱਟੇ ਚ ਗਿਆ ਯਾਰ, ਕਿਹੜੇ ਕਿਹੜੇ ਵਰਡ ਤੁਸੀਂ ਕੱਢ ਕੇ ਲਿਆਉਂਦੇ ਹੋ ਯਾਰ। ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਸਾਡਾ ਵੀਰ। ਆਈ ਜਸਟ ਸੈਡ ਦੈਟ ਇਨ ਦ ਲਾਸਟ ਇਨ ਬਾਏ ਦ ਵੇ। ਦੇਖੋ ਦੇਖੋ, ਤੁਹਾਡਾ ਮੇਰਾ ਨਾ ਇਹ ਕਹਿ ਰਿਹਾ ਸੀ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ। ਤਾਂ ਕਹਿੰਦੇ ਆ ਵਾਈ ਬਤੇਰੀ ਮੇਰੀ ਮਿਲਦੀ ਆ। ਅੱਛਾ, ਇੱਕ ਪੁਰਾਣਾ ਜੋਕ ਹੈ ਮੇਰੇ ਕੋਲ ਕਿ ਇਟਸ ਅ ਰਿਡਲ ਬੇਸਿਕਲੀ। ਜਦ ਦੋ ਟਵਿਨ ਪੈਣਾ ਨੇ, ਠੀਕ ਹੈ, ਉਹਨਾਂ ਦੇ ਦੋਨੋਂ ਜਿਹੜੇ ਹਸਬੈਂਡ ਨੇ ਆਪਸ ਕਮਿਊਨੀਕੇਟ ਕਰ ਰਹੇ ਨੇ, ਇੱਕ ਹਸਬੈਂਡ ਨੇ ਦੂਜੇ ਨੂੰ ਕੀ ਗਾਣਾ ਗਾ ਕੇ, ਵਾਈਫ ਤੇਰੀ ਮੇਰੀ ਮਿਲਦੀ। ਵਾਟ, ਆਮ ਨਾਟ ਪਲੇਇੰਗ ਥਿਸ ਗੇਮ, ਹਾਊ ਡਿਡ ਯੂ ਕ੍ਰੈਕ ਇਟ। ਮੈਂ ਆਪਣੇ ਸਾਡੂ ਨਾਲ ਇਹ ਗੇਮ ਖੇਡਦਾ ਹੁੰਦਾ ਇਸ ਵਾਸਤੇ। ਐਂਡ ਵਿਦ ਅਸ ਇਜ਼ ਮਿਸਟਰ ਮੁੰਨਾਵਰ, ਕਿਹਦਾ ਤਾਂ ਹੈਲੋ ਭਾਈ, ਬੜੀਆ ਤਾਂ, ਬਟ ਗੁੱਡ, ਯੂ ਐਕਚੁਅਲੀ ਕਿਲਡ ਇਟ, ਔਰ ਆਮ ਸ਼ੋਰ ਯੂ ਆਰ ਹੈਵਿੰਗ ਫਨ ਐਂਡ ਆਈਪੀਐਲ ਹਿਅਰ। ਯੈਸ ਯੈਸ ਡੈਫੀਨੇਟਲੀ, ਔਰ ਕ੍ਰਿਕਟ, ਲਵ ਕ੍ਰਿਕਟ, ਔਰ ਕ੍ਰਿਕਟ ਕਾ ਇਤਨਾ ਸਾਰਾ ਗਿਰ। ਰੋਸ਼ਨੀ ਇਧਰ ਰੋਸ਼ਨੀ ਇਧਰ, ਓ ਪਰਫੈਕਟ। ਤੋ ਕ੍ਰਿਕਟ ਕਾ ਜ਼ਿੰਦਗੀ ਭਰ ਇਤਨਾ ਸਾਰਾ ਗਿਆਨ ਪੜਾ ਥਾ ਮੇਰੇ ਪਾਸ, ਸ਼ੌਕ ਥਾ, ਪਿਆਰ ਥਾ ਕ੍ਰਿਕਟ ਸੇ, ਲੇਕਿਨ ਪਹਿਲੀ ਵਾਰ ਐਸਾ ਲਗਾ ਕਿ ਹਾਂ ਕਹੀਂ ਯੂ ਇਸਤੇਮਾਲ ਹੋਣੇ ਵਾਲਾ। ਆਲਸੋ ਧੋਨੀ ਵਰਸਸ ਵਿਰਾਟ ਯਾਰ, ਦਿਸ ਇਜ਼ ਦੀ ਅਲਟੀਮੇਟ ਮੈਚ ਰਾਈਟ ਭਾਈ, ਹਿਸਟੋਰਿਕ ਮੈਚ ਹੀ ਹੈ ਵੋ, ਫਸਟ ਮੈਚ ਐਂਡ ਆਈ ਥਿੰਕ ਦੋਨੋਂ ਬਹੁਤ ਟਾਈਮ ਸੇ ਖੇਲਤੇ ਹੋਏ ਦੇਖਾ ਨਹੀਂ ਹੈ ਹਮਨੇ। ਤੇ ਹੁਣ ਸਾਡੇ ਨਾਲ ਨੇ ਜੀ ਆਕਾਸ਼ ਚੋਪੜਾ ਜੀ, ਜਿਨ੍ਹਾਂ ਦੀ ਆਕਾਸ਼ ਤੱਕ ਪਹੁੰਚ ਹੈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕਾਪੀ ਟੂ ਆਲ। ਆਕਾਸ਼ ਤੱਕ ਪਹੁੰਚ ਨਹੀਂ ਹੈਗੀ ਹੈ, ਮੇਰਾ ਨਾਂ ਆਕਾਸ਼ ਹੈਗਾ, ਪਹੁੰਚ ਇਹਨਾਂ ਤੱਕ ਵੀ ਨਹੀਂ ਹੈਗੀ, ਇਹਨਾਂ ਦਾ ਕੰਟੈਂਟ ਦੇਖ ਲਿਆ ਬੜਾ ਚੰਗਾ ਹੈਗਾ। ਥੈਂਕ ਯੂ ਸੋ ਮਚ, ਪਰ ਤੁਹਾਡੀ ਪਹੁੰਚ ਜਿਹੜੀ ਹੈਗੀ, ਜਿਹੜੀ ਜਿਹੜੀ ਆਵਾਜ਼ ਹੈ ਨਾ, ਮੈਨੂੰ ਲੱਗਦਾ ਇੱਥੋਂ ਹੀ ਆਕਾਸ਼ ਤੱਕ ਜਾਂਦੀ ਹੋਏਗੀ ਆਰਾਮ ਨਾਲ। ਜੇ ਰੱਬ ਨਾਲ ਕਿਸੇ ਨੇ ਗੱਲ ਕਰਨੀ ਨਾ, ਤਾਂ ਇਹਨਾਂ ਨੂੰ ਦੱਸ ਦੇਣਾ ਇਹਨਾਂ ਦੀ
ਪਹੁੰਚ ਈਜ਼ੀਲੀ ਹੋ ਜਾਏਗੀ। ਤਾਂ ਹੀ ਅਸੀਂ ਜੇ ਹੈਗੇ ਆ 28ਵੇਂ ਮਾਲੇ ਚ ਹੈ ਤੇ ਹੈਗੇ ਆ। ਪੰਜਾਬੀ ਮੇਰੀ ਚੰਗੀ ਨਹੀਂ ਹੈਗੀ, ਮੈਂ ਹੂੰ ਚੁੱਪ। ਬਟ ਆਈ ਐਮ ਰੀਲੀ ਇੰਪ੍ਰੈਸਡ ਵਿਦ ਯੂ। ਆਫ ਕੋਰਸ ਮਾਈ ਮਮ ਡੈਡ ਵਿਲ ਬੀ ਵੈਰੀ ਡਿਸਅਪੋਇੰਟਡ ਕਿ ਮੈਂ ਸਰ ਨੇ ਕਿਹਾ ਪੰਜਾਬੀ ਚ ਕਰੀਏ। ਮੈਂ ਕਿਹਾ ਪੰਜਾਬੀ ਜੇ ਚੋਪੜਾ ਦਾ ਸਪੋਸ ਟੂ ਬੀ ਪੰਜਾਬੀ। ਆਈ ਨੋ ਬਟ ਥੋੜਾ ਫਰਾਡ ਪੰਜਾਬੀ ਹੈਗਾ ਜੀ। ਮੈਂ ਤੇ ਮੈਂ ਕੋਸ਼ਿਸ਼ ਕਰ ਰਿਹਾ ਪਰ ਉਨੀ ਚੰਗੀ ਪੰਜਾਬੀ ਨਹੀਂ ਬੋਲਦਾ ਮੈਂ, ਸੱਚ ਹੈਗਾ। ਨਹੀਂ ਦੱਸੋ। ਵਧੀਆ ਵਧੀਆ ਜੀ। ਅੱਛਾ ਮੈਂ ਲੋਕਾਂ ਨੂੰ ਪੁੱਛ ਰਿਹਾ ਕਿ ਵਨ ਰੂਮਰ ਯੂ ਵਾਂਟ ਟੂ ਸਟਾਰਟ ਅਬਾਊਟ ਵਿਰਾਟ ਕੋਹਲੀ। ਲੈਟਸ ਸੇ ਵਿਰਾਟ ਕੋਹਲੀ ਦਾ ਐਕਚੁਅਲੀ ਮੈਂ ਸੁਣਿਆ ਹੈਗਾ ਕਿ ਨਾ ਜਦੋਂ ਆਰਸੀਬੀ ਚੱਕੇਗੀ ਟਰੋਫੀ, ਇਸ ਕੁੜੀਆਂ ਚੱਕ ਚੁੱਕੀ ਹੈਗੀਆਂ, ਮੁੰਡੇ ਵੀ ਕਦੀ ਤੇ ਚੱਕੇਂਗੇ, ਮੈਂ ਸੋਚ ਰਿਹਾ ਇਸ ਸਾਲ ਚੱਕੇਂਗੇ, ਤੇ ਚੱਕੇਂਗੇ ਤੇ ਉਹ ਕਹਿ ਰਿਹਾ ਮੈਂ ਛੋਲੇ ਭਟੂਰੇ ਖਾਵਾਂ। ਉਹ ਖਾਣੇ ਵਾਲਾ ਹੈ ਤਿੰਨ ਪਲੇਟਾਂ। ਦੈਟ ਮਾਈਟ ਨਾਟ ਬੀ ਅ ਰੂਮਰ, ਉਹ ਸ਼ਾਇਦ ਸੱਚਾਈ ਹੋਵੇ। ਹੋ ਸਕਦੀ ਹੈਗੀ ਹੈ, ਹੋ ਸਕਦੀ ਹੈ, ਹੋ ਸਕਦੀ ਹੈ ਜੀ। ਰੂਮਰ ਤੋਂ ਫਿਰ ਰੂਮਰ ਇਹ ਹੋ ਸਕਦਾ ਕਿ ਆਰਸੀਬੀ ਟਰੋਫੀ ਉਠਾ ਰਹਾ ਹੈ। ਆਈ ਮੀਨ ਆਈ ਡੋਨਟ ਨੋ, ਦੈਟਸ ਲਾਈਕ ਆਈ ਡਿਡਨਟ ਸੇ ਦੈਟ, ਦੈਟ ਸ਼ੁਡ ਗੋ ਵਿਦ ਬਰਡ। ਓਕੇ, ਵਾਟ ਅਬਾਊਟ ਧੋਨੀ, ਵਾਟ ਰੂਮਰ ਯੂ ਵਾਂਟ ਟੂ ਸਟਾਰਟ ਅਬਾਊਟ? ਧੋਨੀ ਕਹਿ ਰਿਹਾ ਜੀ ਕਿ ਮੈਂ ਰਿਟਾਇਰ ਨਹੀਂ ਹੋਣਾ, ਰਿਤੂ ਰਾਜ ਕੀ ਕਪਤਾਨੀ ਚ ਹੈ, 5 ਸਾਲ ਖੇਲਾਂਗੇ, 5 ਸਾਲ। ਮੈਂ ਜਾਣਦਾ ਕਿ ਧੋਨੀ 5 ਸਾਲ ਨਹੀਂ 10 ਸਾਲ ਖੇਡੇ। ਵਾਹ ਵਾਹ ਵਾਹ, ਵਿਚ ਊਡ ਬੀ ਵਨ ਰੂਮਰ ਯੂ ਵਾਂਟ ਟੂ ਸਪਰੈਡ ਅਬਾਊਟ ਵਿਰਾਟ? ਬਲੌਕ ਟੀਚਰ। ਲੋ ਜੀ, ਹੁਣ ਵਾਪਸ ਆ ਗਏ ਹਾਂ ਅਸੀਂ ਆਪਣੇ ਹੋਟਲ। ਥੈਂਕ ਯੂ ਸੋ ਮਚ ਵੀਡੀਓ ਨੂੰ ਦੇਖਣ ਲਈ, ਇੰਸਟਾਗ੍ਰਾਮ ਤੇ ਵੀ ਜਿਨ੍ਹਾਂ ਨੇ ਵੀ ਸਟੋਰੀਆਂ ਪਾਈਆਂ ਅਬਾਊਟ ਦ ਕਮੈਂਟਰੀ, ਥੈਂਕ ਯੂ ਵੈਰੀ ਮਚ, ਯੂ ਆਰ ਵੈਰੀ ਸਵੀਟ, ਵੈਰੀ ਕਾਈਂਡ। ਇਹਦੇ ਪਿਆਰ ਦਿੰਦੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਤੇ ਚੰਗਾ ਜੀ, ਚੜ੍ਹਦੀ ਕਲਾ ਚ ਰਹੋ। ਗੁੱਡ ਨਾਈਟ।